ਪੰਚਾਇਤੀ ਜ਼ਮੀਨਾਂ ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਸੂਬਾ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ। ਸਖਤੀ ਵਰਤੀ ਜਾ ਰਹੀ ਸੂਬਾ ਸਰਕਾਰ ਵੱਲੋਂ ਅਤੇ ਹੁਣ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਐਕਸ਼ਨ ਮੋਡ ਦੇ ਵਿੱਚ ਲਗਾਤਾਰ ਨਜ਼ਰ ਆ ਰਹੇ ਨੇ ਅਤੇ ਖੁਦ ਜਾ ਕੇ ਉਹਨਾਂ ਵੱਲੋਂ ਨਜਾਇਜ਼ ਕਬਜ਼ਿਆਂ ਹੇਠ ਦੱਬੀ ਹੋਈ ਜ਼ਮੀਨ ਨੂੰ ਛੁਡਵਾਇਆ ਜਾ ਰਿਹਾ ਹੈ। ਅੱਜ ਰਾਜਾਸਾਂਸੀ ਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਨੇ ਜਿੱਥੇ 10 ਏਕੜ ਦੇ ਕਰੀਬ ਜ਼ਮੀਨ ਨੂੰ ਉਹਨਾਂ ਵੱਲੋਂ ਨਜਾਇਜ਼ ਕਬਜ਼ੇ ਤੋਂ ਅਧੀਨ ਤੋਂ ਛੁਡਵਾਇਆ ਗਿਆ ਤੇ ਇਸ ਮੌਕੇ ਤੇ ਉਹਨਾਂ ਵੱਲੋਂ ਖਾਸ ਅਪੀਲ ਉਹਨਾਂ ਲੋਕਾਂ ਨੂੰ ਵੀ ਕਰ ਦਿੱਤੀ ਗਈ ਹੈ ਜੋ ਰਸੂਖਵਾਨਾ ਜਿਨ੍ਹਾਂ ਵੱਲੋਂ ਇਹ ਨਜਾਇਜ਼ ਕਬਜ਼ੇ ਕੀਤੇ ਗਏ ਨੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਧੱਕੇ ਦੇ ਨਾਲ ਕਬਜ਼ੇ ਕਰਕੇ ਉਹਨਾਂ ਨੂੰ ਜੋ ਨੱਪੀ ਬੈਠੇ ਨੇ ਲੋਕ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਖਾਸ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ 31 ਮਈ ਤੱਕ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੀ ਜ਼ਮੀਨ ਜੋ ਨਜਾਇਜ਼ ਕਬਜ਼ੇ ਹੇਠ ਦੱਬੀ ਗਈ ਹੈ ਜੋ ਪੰਜਾਬ ਸਰਕਾਰ ਦੀ ਜਿਸ 'ਤੇ ਮਲਕੀਅਤ ਹੈ ਉਸਨੂੰ ਛੁਡਵਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਕੋਲ ਵਾਪਸ ਇਹ ਸਾਰੀ ਜ਼ਮੀਨ ਆਵੇਗੀ। ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਹਜ਼ਾਰਾਂ ਏਕੜ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਨੂੰ ਉਹ ਵਾਪਸ ਲੈ ਕੇ ਆਉਣਗੇ ਅਤੇ ਪੰਜਾਬ ਸਰਕਾਰ ਨੂੰ ਇਹ ਜ਼ਮੀਨ ਵਾਪਸ ਮਿਲੇਗੀ ਜਿਸ 'ਤੇ ਮਲਕੀਅਤ ਸੂਬਾ ਸਰਕਾਰ ਦੀ ਬਣਦੀ ਹੈ। ਜ਼ਿਕਰਯੋਗ ਹੈ ਕਿ ਪੰਚਾਇਤੀ ਜ਼ਮੀਨਾਂ ਦੀ ਜੇਕਰ ਗੱਲ ਕਰੀਏ ਤਾਂ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਰਿਪੋਰਟ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਹ ਬਣਾਈ ਗਈ ਹੈ ਪੇਂਡੂ ਵਿਕਾਸ ਮੰਤਰੀ ਵੱਲੋਂ, ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ 36,000 ਏਕੜ ਦੇ ਕਰੀਬ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਨਜਾਇਜ਼ ਕਬਜ਼ੇ ਦੇ ਹੇਠਾਂ ਹੈ ਅਤੇ ਇਹ ਸਾਰੀ ਜ਼ਮੀਨ ਨੂੰ ਹੁਣ ਸੂਬਾ ਸਰਕਾਰ ਛੁਡਵਾਉਣ ਦੇ ਵਿੱਚ ਲੱਗੀ ਹੋਈ ਹੈ ਜੋ ਕਿ ਵਾਪਸ ਸੂਬਾ ਸਰਕਾਰ ਦੇ ਕੋਲ ਆਵੇਗੀ। ਇਸ ਮੌਕੇ ਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਖਿਆ ਗਿਆ ਕਿ ਉਹ ਅਪੀਲ ਵੀ ਕਰਦੇ ਨੇ ਉਹਨਾਂ ਲੋਕਾਂ ਨੂੰ, ਉਹਨਾਂ ਰਸੂਖਵਾਨਾਂ ਨੂੰ ਜਾਂ ਉਹ ਜੋ ਵੀ ਲੋਕ ਨੇ ਜਿਨ੍ਹਾਂ ਵੱਲੋਂ ਧਨਾਡਾ ਵੱਲੋਂ ਇਹ ਸਾਰੀ ਜ਼ਮੀਨ ਨੱਪੀ ਗਈ ਹੈ ਜਾਂ ਫਿਰ ਉਸਦੇ ਉੱਪਰ ਉਹ ਆਪਣਾ ਕੰਮ ਕਾਰ ਸ਼ੁਰੂ ਕਰ ਚੁੱਕੇ ਨੇ ਉਹਨਾਂ ਵੱਲੋਂ ਉਹ ਵਾਪਸ ਕਰ ਦਿੱਤੀ ਜਾਵੇ, ਨਹੀਂ ਤਾਂ ਫਿਰ ਕਾਨੂੰਨੀ ਤੌਰ 'ਤੇ ਵੀ ਸਾਰੇ ਹੱਥ ਕੰਡੇ ਅਪਣਾਏ ਜਾਣਗੇ ਅਤੇ ਜ਼ਮੀਨ ਜ਼ਰੂਰੀ ਤੌਰ 'ਤੇ ਪੰਜਾਬ ਸਰਕਾਰ ਵਾਪਸ ਲਵੇਗੀ। ਇਸ ਮੌਕੇ 'ਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀ ਕੁਝ ਆਖਿਆ ਜਾ ਰਿਹਾ ਅਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ, ਆਓ ਸੁਣਦੇ ਹਾਂ। ਅਸੀਂ ਮਤਲਬ ਇੱਕ ਪੰਜਾਬ ਦੇ ਮੁੱਖ ਮੰਤਰੀ ਸਾਡੇ ਆਗੂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਫੈਸਲਾ ਕੀਤਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਪੰਚਾਇਤੀ ਰਾਜ ਦੀਆਂ ਅਤੇ ਦੂਜੀਆਂ ਸਰਕਾਰੀ ਜ਼ਮੀਨਾਂ ਜਿਹੜੀਆਂ ਜਿਨ੍ਹਾਂ 'ਤੇ ਨਜਾਇਜ਼ ਕਬਜ਼ਾ ਹੋਇਆ ਉਹਨਾਂ ਨੂੰ ਅਸੀਂ ਖਾਲੀ ਕਰਾਉਣਾ, ਉਹ ਸਰਕਾਰ ਨੂੰ ਲੈ ਕੇ ਦੇਣੀ ਹੈ। ਲੋਕਾਂ ਦੀ ਜਾਇਦਾਦ ਆ, ਪੰਜਾਬ ਦੇ ਲੋਕਾਂ ਦੀ ਪ੍ਰੋਪਰਟੀ ਹੈ। ਉਹ ਇੱਕ ਮੈਂਬਰ ਸੀ ਪੰਚਾਇਤੀ ਰਾਜ ਅਤੇ ਰੂਰਲ ਡਿਵੈਲਪਮੈਂਟ ਮਹਿਕਮੇ ਵੱਲੋਂ ਸ਼ੁਰੂ ਕੀਤੀ ਹੈ। ਅਸੀਂ ਪਿਛਲੇ 1 ਮਹੀਨੇ ਤੋਂ ਰਿਵਿਊ ਕਰ ਰਹੇ ਸੀਗੇ ਔਰ ਬਹੁਤ ਸਾਰੀਆਂ ਸਾਨੂੰ ਮਤਲਬ ਜਿਹੜੀਆਂ ਪੰਚਾਇਤੀ ਰਾਜ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਉਹ ਮਿਲੀਆਂ। ਅੱਜ ਅਸੀਂ ਮਤਲਬ ਜਿਹੜਾ ਇਹ ਪਿੰਡੀ ਔਰ ਖੁਰਦ ਪਿੰਡ ਇਹ ਬਲਾਕ ਚਗਾਵਾਂ ਦੇ ਵਿੱਚ ਪੈਂਦਾ, ਵਿਧਾਨ ਸਭਾ ਹਲਕਾ ਰਾਜਾਸਾਂਸੀ ਦਾ ਇਹ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਆਪਾਂ ਪਾਕਿਸਤਾਨ ਦੇ ਕੰਢੇ 'ਤੇ ਖੜ੍ਹੇ ਹਾਂ। ਸਾਡੇ ਸਾਰੀ ਚਗਾਵਾਂ ਦੀ ਬੀ ਡੀ ਓ ਸਾਹਿਬ ਨੇ, ਸਾਡੇ ਡੀ ਡੀ ਪੀ ਓ ਸਾਹਿਬ ਨੇ, ਸਾਡੇ ਏ ਡੀ ਸੀ ਸਾਹਿਬ ਨਾਲ ਆਏ ਆ, ਸਰਦਾਰ ਬਲਦੇਵ ਸਿੰਘ ਜੀ ਜਿਹੜੇ ਸਾਡੇ ਇਸ ਹਲਕੇ ਤੋਂ ਇਲੈਕਸ਼ਨ ਲੜੇ, ਮਹਿਦੀਆ ਸਾਹਿਬ ਉਹ ਨਾਲ ਆਏ ਆ। ਸਾਰਿਆਂ ਦੀ ਇੱਕ ਹਿੰਮਤ ਦੇ ਨਾਲ, ਇੱਕ ਪਲੈਨ ਦੇ ਨਾਲ ਅਸੀਂ ਇੱਥੇ ਮਤਲਬ 77 ਕਨਾਲਾਂ 7 ਮਰਲੇ ਦੇ ਉੱਤੇ ਜਿਹੜਾ ਉਹ ਅੱਜ ਕਬਜ਼ਾ ਲਿਆ ਔਰ 20 ਸਾਲ ਤੋਂ ਇਹ ਕਬਜ਼ਾ ਜਿਹੜਾ ਨਜਾਇਜ਼ ਕੀਤਾ ਸੀ ਬੰਦਿਆਂ ਨੇ, ਇਹ ਕਬਜ਼ੇ ਨੂੰ ਅਸੀਂ ਜਿਹੜਾ ਛਡਾਇਆ, ਮਤਲਬ 10.5 ਏਕੜ ਜ਼ਮੀਨ ਜਿਹੜੀ ਹੈ ਉਹ ਅੱਜ ਅਸੀਂ ਮਤਲਬ ਜਿਹੜੀ ਉਹ ਛਡਾਈ ਹੈ ਔਰ ਅਸੀਂ ਉਹਨਾਂ ਲੋਕਾਂ ਨੂੰ ਸਮਝਾਇਆ ਵੀ ਹੈ। ਬਾਕੀ ਵੀ ਮੇਰੀ ਤੁਹਾਡੇ ਥਰੂ ਮੀਡੀਆ ਦੇ ਥਰੂ ਸਾਰੇ ਲੋਕਾਂ ਨੂੰ ਬੇਨਤੀ ਹੈ, ਜਿਨ੍ਹਾਂ ਜਿਨ੍ਹਾਂ ਨੇ ਵੀ ਜ਼ਮੀਨ ਮੱਲੀ ਸੀਗੀ ਉਹ ਆਪਣੇ ਆਪ ਦੇ ਦੇਣ। ਬਹੁਤ ਲੋਕਾਂ ਦੀਆਂ ਸਾਨੂੰ ਕਾਲਾਂ ਆਉਣ ਡਿਆ ਪਈਆਂ ਕਿ ਅਸੀਂ ਛੱਡ ਦਿੰਦੇ ਹਾਂ ਜੀ, ਸਾਡੇ 'ਤੇ ਕੋਈ ਕਾਰਵਾਈ ਨਾ ਕਰਿਓ। ਜਿਹੜਾ ਬੰਦਾ ਆਪਣੇ ਆਪ ਛੱਡ ਦੂਗਾ ਉਹਦੇ 'ਤੇ ਕਾਰਵਾਈ ਨਾ ਕਰਨ ਬਾਰੇ ਅਸੀਂ ਸੋਚਾਂਗੇ ਔਰ ਜਿਸ ਕਿਸੇ ਬੰਦੇ ਨਾਲ ਸਾਨੂੰ ਕਿਤੇ ਕਾਨੂੰਨੀ ਯੋਜਮਾਈ ਕਰਨੀ ਪਈ ਉਹਦੇ 'ਤੇ ਅਸੀਂ ਜਿਹੜਾ ਪਿਛਲਾ 20-25 ਸਾਲ ਦਾ ਰੈਂਟ ਹੈ ਉਹ ਵੀ ਜਿਹੜਾ ਅਸੀਂ ਮਤਲਬ ਕਰ ਕਰਾਂਗੇ। ਸੋ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਆਪਾਂ ਆਪ ਲੱਗੇ ਹਾਂ, ਕੱਲ੍ਹ ਪਰਸੋਂ ਆਪਾਂ ਮੋਹਾਲੀ ਦੇ ਵਿੱਚ ਜਿਹੜਾ ਅਬੀਪੁਰ ਪਿੰਡ ਦੇ ਵਿੱਚ 29 ਕਿੱਲੇ ਦਾ ਕਬਜ਼ਾ ਲਿਆ ਸੀਗਾ, ਅਗਲੇ ਹੋਰ 2-4 ਦਿਨ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਹੀ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੂਗਾ। ਸਾਡਾ ਪੂਰਾ ਸਟਾਫ ਜਿਹੜਾ ਸਾਰੇ ਸਾਡੇ ਜ਼ਿਲ੍ਹਿਆਂ ਦੇ ਡੀ ਡੀ ਪੀ ਓ, ਏ ਡੀ ਸੀ ਸਾਹਿਬ, ਸਾਡੇ ਮਤਲਬ ਜਿਹੜੇ ਬੀ ਡੀ ਓ ਸਾਹਿਬ ਸਾਰੇ ਇਸ ਕੰਮ 'ਤੇ ਲੱਗ ਗਏ ਔਰ ਸਾਡੇ ਡੀ ਸੀ ਸਾਹਿਬ
जिन्हें भी जिले के डीसी साहब ने सारे साड़ी बड़ी मदद कर रहे, साडे तहसीलदार साहब सारियां नूं, साडे जिहड़े माल महकमा है, क्योंकि जदों इसमें जमीन छुड़ाउंदे आ सानूं कई थावां ते पुलिस की लोड़ भी पैंदी है, माल महकमे की लोड़ भी पैंदी है, डी साहब दे भी लोड़ पैंदी है, सब बंदे जिहड़े साडी सपोर्ट कर रहे। सो मैं पंजाबियों नूं इस गल की वधाई दिंदा कि एक चंगी शुरुआत मान साहब की सरकार ने की है, मान साहब के दिशा निर्देशों के उत्ते आप सारे लोग जिहड़े लगे हैं, पंजाब नूं बचाउणा, पंजाब नूं बेसिकली जिहड़ा मजबूत करना, पंजाब आर्थिक तौर के उत्ते बहुत बुरी हालत करती अकालियां कांग्रसियां ने, बहुत लंबे चिर तो अपने लोगों को अपने हमायतियों उन्होंने कब्जे कराते सीगे, साड़ी सारी आमदन जिहड़ी पंचायतों नूं आउंदी है, देखो रंगला पंजाब आप कहने साडा नारा कैसी पंजाब नूं रंगला पंजाब बनाउणा, पंजाब पिंडां दे विच वसदा है, पिंडां दा विकास करना, सो पिंडां दी जिहड़ी आमदन सीगी ਉਹ ਸਾਡੀਆਂ ਜ਼ਮੀਨਾਂ ਸੀਗੀਆਂ ਅਤੇ ਜ਼ਮੀਨਾਂ 'ਤੇ ਜੇ ਲੋਕਾਂ ਨੇ ਨਜਾਇਜ਼ ਕਬਜ਼ੇ ਕਰ ਲਏ ਤਾਂ ਫਿਰ ਅਸੀਂ ਕਿੱਦਾਂ ਕਾਮਯਾਬ ਹੋ ਸਕਦੇ ਹਾਂ। ਸੋ ਇਹ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਔਰ ਤੁਹਾਨੂੰ ਇਸੇ ਮਹੀਨੇ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਅਸੀਂ ਵਾਪਸ ਆਪਣੀ ਸਰਕਾਰ ਨੂੰ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਜਿਹੜਾ ਉਹ ਕੱਢ ਕੇ ਦੇਵਾਂਗੇ। ਔਰ ਸਭ ਨੂੰ ਮੇਰੀ ਫਿਰ ਬੇਨਤੀ ਹੈ, ਪਿਆਰ ਦੇ ਨਾਲ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਜਿਹੜੇ ਭਰਾ ਨੇ ਨਜਾਇਜ਼ ਕਬਜ਼ਾ ਕੀਤਾ ਉਹ ਆਪਣੇ ਆਪ ਹੀ ਛੱਡ ਦੇ, ਅਸੀਂ ਉਹਦੀ ਸਪੋਰਟ ਕਰਾਂਗੇ, ਬਟ ਜੇ ਉਹਨਾਂ ਨੇ ਨਾ ਛੱਡੀ ਪੰਜਾਬ ਦੀ ਜਾਇਦਾਦ ਹੈ ਯਾਰ, ਪੰਜਾਬ ਨੂੰ ਬਚਾਉਣ ਦਾ ਸਵਾਲ ਹੈ, ਇਸ ਕਰਕੇ ਤੁਸੀਂ ਸਹਿਯੋਗ ਕਰੋ, ਜੇ ਨਹੀਂ ਛੱਡੋਗੇ ਫਿਰ ਸਾਨੂੰ ਹਰ ਥਾਂ 'ਤੇ ਕਾਨੂੰਨੀ ਕਾਰਵਾਈ ਕਰਨੀ ਪਊਗੀ। ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਕਿ ਵੀਰ ਕੋਲ 2 ਕਿੱਲੇ ਆ, 1 ਕਿੱਲਾ, 10 ਕਿੱਲੇ ਆ, 20 ਕਿੱਲੇ ਆ, ਮਤਲਬ 50 ਕਿੱਲੇ ਆ, 100 ਕਿੱਲਾ, ਕਈ ਥਾਵਾਂ 'ਤੇ 2-2, 300-300 ਕਿੱਲਾ ਜ਼ਮੀਨ ਹੈ, ਉਹ ਸਾਰੀ ਆਪਾਂ ਅਗਲੇ ਦਿਨਾਂ ਦੇ ਵਿੱਚ ਜਿਹੜੀ ਉਹ ਛਡਾਉਣੀ ਹੈ। ਸੋ ਮੈਂ ਆਪਣੇ ਬੀ ਡੀ ਓ ਸਾਹਿਬ ਦਾ ਚਗਾਵਾਂ ਔਰ ਆਪਣੇ ਏ ਡੀ ਸੀ ਸਾਹਿਬ, ਆਪਣੇ ਡੀ ਡੀ ਪੀ ਓ ਸਾਹਿਬ ਦਾ, ਸਾਰੇ ਆਪਣੇ ਮਹਿਕਮੇ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਆਪਾਂ ਇਹ 77 ਕਨਾਲ, 7 ਮਰਲੇ, 10.25 ਏਕੜ ਜ਼ਮੀਨ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਉਹਦੇ 10.25 ਏਕੜ ਜ਼ਮੀਨ ਜਿਹੜੀ ਹੈ ਸਰਕਾਰ ਦੇ ਨਾਂ 'ਤੇ, ਪੰਚਾਇਤੀ ਰਾਜ ਦੇ ਨਾਂ 'ਤੇ, ਆਪਣੇ ਮਹਿਕਮੇ ਦੇ ਨਾਂ 'ਤੇ ਜਿਹੜੀ ਹੋ ਗਈ ਹੈ। ਮੈਂ ਤੁਹਾਨੂੰ ਸਭ ਨੂੰ, ਮਾਨ ਸਾਹਿਬ ਨੂੰ, ਸਾਰੀ ਆਪਣੀ ਕੈਬਨਿਟ ਨੂੰ, ਸਾਰੇ MLA ਸਾਹਿਬਾਨਾਂ ਨੂੰ, ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਇੱਕ ਵਾਰ ਫਿਰ ਵਧਾਈ ਦਿੰਦਾ। ਔਰ ਖਾਸ ਤੌਰ 'ਤੇ ਇਹਨਾਂ ਦੇ ਵੀਰਾਂ ਨੂੰ ਕਹੂੰਗਾ, ਇਹ ਜਿੱਦਾਂ ਦੀ ਮੁਹਿੰਮ ਸ਼ੁਰੂ ਕੀਤੀ ਆ, ਬਹੁਤ ਸਾਰੇ ਇਹਨਾਂ ਦੇ ਵੀਰਾਂ ਨੇ ਮੈਨੂੰ ਪੇਪਰ ਭੇਜੇ ਆ, ਜਿੱਥੇ ਜਿੱਥੇ ਵੀ ਲੱਗਦਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਕਿਤੇ ਨਜਾਇਜ਼ ਕਬਜ਼ਾ ਹੋਇਆ ਉਹ ਸਾਨੂੰ ਤੁਸੀਂ ਭੇਜੋ। ਵੈਸੇ ਸਾਡੀਆਂ ਆਪਣੀਆਂ ਟੀਮਾਂ ਵੀ ਲੱਗੀਆਂ, ਪਰ ਜੇ ਤੁਹਾਡੀ ਜਾਣਕਾਰੀ 'ਚ ਤੁਸੀਂ ਸਹਿਯੋਗ ਕਰੋਗੇ ਅਸੀਂ ਤੁਹਾਡਾ ਜਿਹੜਾ ਤੁਹਾਡਾ ਸਹਿਯੋਗ ਦੇ ਨਾਲ ਜਿਹੜਾ ਅਸੀਂ ਇਹ ਜ਼ਮੀਨਾਂ ਖਾਲੀ ਕਰਕੇ ਜਿਹੜੀ ਗੌਰਮੈਂਟ ਨੂੰ ਦੇਵਾਂਗੇ। ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੜਕਾਂ ਵੀ ਠੀਕ ਕਰਾਂਗੇ, ਇੱਕ ਇੱਥੇ ਥੋੜ੍ਹਾ ਦੂਜੀ ਵੀ ਪ੍ਰੋਬਲਮ ਹੈਗੀ ਆ, ਹਸਪਤਾਲ ਆਉਂਦੀ ਗਏ, ਸਕੂਲ ਆਉਂਦੀ ਗਏ, ਸਾਰੀਆਂ ਚੀਜ਼ਾਂ ਇਸ ਹਲਕੇ ਦੇ ਵਿੱਚ ਅਸੀਂ ਅਗਲੇ ਦਿਨਾਂ ਦੇ ਵਿੱਚ ਕਰਨ ਵਾਲੇ ਹਾਂ। ਸਾਰੇ ਅਫਸਰਾਂ ਨੂੰ ਬੀ ਡੀ ਓ ਸਾਹਿਬ ਖੜ੍ਹੇ ਆ, ਇਹਨਾਂ ਨੂੰ ਕਿਹਾ ਕਿ ਚਗਾਵੇਂ ਦੇ ਅੰਦਰ ਜਿਹੜੀ ਕੋਈ ਸੜਕ ਬਣਨ ਵਾਲੀ ਹੈ, ਜਿਹੜੀ ਕੋਈ ਹੋਰ ਬਿਲਡਿੰਗ ਬਣਨ ਵਾਲੀ ਹੈ ਸਾਨੂੰ ਦੱਸੋ, ਅਸੀਂ ਉਹ ਪੈਸਾ ਮਤਲਬ ਦਵਾਵਾਂਗੇ ਮਾਨ ਸਾਹਿਬ ਦੇ ਕੋਲੋਂ। ਔਰ ਇਸ ਚੀਜ਼ ਨੂੰ ਜਿਹੜਾ ਇਹ ਜਿਹੜਾ ਜਿਹੜਾ ਸੜਕਾਂ ਖਰਾਬ ਨੇ, ਹੋਸਪਿਟਲ ਨਹੀਂ ਗਏ, ਸਕੂਲ ਨਹੀਂ ਹੈਗੇ, ਇਹ ਸਭ ਅਸੀਂ ਦਿਆਂਗੇ ਜੇ 1 ਮਹੀਨਾ ਹੋਇਆ, ਪਰ ਅਸੀਂ ਜਲਦੀ ਇਹ ਸਭ ਚੀਜ਼ਾਂ ਜਿਹੜੀਆਂ ਕੰਮ ਜਿਹੜੇ ਸ਼ੁਰੂ ਕਰ ਦਿੰਦੇ। ਸਭ ਕੁਝ ਖਾਲੀ ਕਰਾਵਾਂਗੇ ਜੀ, ਜਿੰਨੇ ਪੰਚਾਇਤੀ ਘਰ ਮੱਲੇ ਆ, ਕਿਸੇ ਨੇ ਸਟੇਡੀਅਮ ਮੱਲਿਆ, ਕਿਸੇ ਨੇ ਹਸਪਤਾਲ ਮੱਲਿਆ, ਕਿਸੇ ਨੇ ਸਰ ਜ਼ਮੀਨ ਮੱਲੀ ਹੈ, ਕਿਸੇ ਨੇ ਵਣ ਵਿਭਾਗ ਦੀ ਜ਼ਮੀਨ ਮੱਲੀ ਹੈ ਜਿਹੜੀ ਪੰਜਾਬ ਸਰਕਾਰ ਦੇ ਅੰਦਰ ਆਉਂਦੀ ਹੈ, ਸਭ ਚੀਜ਼ਾਂ ਖਾਲੀ ਕਰਾਵਾਂਗੇ, ਤੁਸੀਂ ਘਬਰਾਓ ਨਾ।